ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੋ ਸਾਨੂੰ ਦੇਸ਼ ਪ੍ਰਦੇਸ਼ ਟੀਵੀ ਤੇ ਵੇਖ ਰਹੇ ਨੇ ਅਤੇ ਉਹਨਾਂ ਸਾਰਿਆਂ ਸਰੋਤਿਆਂ ਦਾ ਜੋ ਸਾਨੂੰ ਰੈਡ ਐਫ ਐਮ ਰੇਡੀਓ ਤੇ ਸੁਣਦੇ ਨੇ ਦੋਸਤੋ ਮੈਂ ਮਨਪ੍ਰੀਤ ਰੰਦਾਵਾ ਚੰਡੀਗੜ੍ਹ ਤੋਂ ਕੱਲ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਤੁਹਾਨੂੰ ਪਤਾ ਹੀ ਕਿ ਕਿਸ ਤਰ੍ਹਾਂ ਦੀਆਂ ਪਟੀਸ਼ਨਸ ਜਿਹੜੀਆਂ ਨੇ ਅਰਜ਼ੀਆਂ ਨੇ ਫਾਈਲ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਦੀ ਅਪੀਲ ਇਹੀ ਆ ਉਹਨਾਂ ਵੱਲੋਂ ਜਿਹੜੀ ਪਲੀ ਲਿੱਤੀ ਗਈ ਆ ਕਿ ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਉਠਾਇਆ ਜਾਵੇ ਜਦੋਂ ਚੀਫ ਜਸਟਿਸ ਆਫ ਇੰਡੀਆ ਐਸ.ਏ. ਬਾਬਡੇ ਇਹ ਸਾਰੀਆਂ ਪਟੀਸ਼ਨ ਸੁਣ ਰਹੇ ਸੀ ਤੇ ਉਹਨਾਂ ਨੇ ਇੱਕ ਸੁਝਾਅ ਦਿੱਤਾ ਕਿ ਆਪਾਂ ਇੱਕ ਪੈਨਲ ਬਣਾਈਏ ਜਿਦੇ ਵਿੱਚ ਕਿਸਾਨਾਂ ਦੀ ਵੀ ਨੁਮਾਇੰਦਗੀ ਹੋਵੇ ਅਤੇ ਕੇਂਦਰ ਸਰਕਾਰ ਦੀ ਵੀ ਨੁਮਾਇੰਦਗੀ ਹੋਵੇ ਤੇ ਮਿਲ ਬੈਠ ਕੇ ਜਿਹੜਾ ਇਹ ਮਸਲਾ ਸੁਲਝਾਓ ਤਾਂ ਕਿ ਸਾਰੇ ਕਿਸਾਨ ਵੀ ਆਪਣੇ ਘਰ ਪਰਤ ਸਕਣ ਤੇ ਸਰਕਾਰ ਨੂੰ ਵੀ ਲੱਗੇ ਕਿ ਅਸੀਂ ਕੋਈ ਨਿਆਂ ਕੀਤਾ ਹੈ ਦੋਸਤੋ ਜਦੋਂ ਇਹ ਪੈਨਲ ਬਣਾਉਣ ਦੀ ਗੱਲ ਚੱਲ ਰਹੀ ਸੀ ਤਾਂ ਚੀਫ ਜਸਟਿਸ ਆਫ ਇੰਡੀਆ ਐਸਏ ਬੌਬਡੇ ਨੇ ਇੱਕ ਨਾਮ ਦਾ ਸੁਝਾਅ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਪੈਨਲ ਦੇ ਵਿੱਚ ਪੀ ਸਾਇਨਾਥ ਵਰਗੇ ਐਕਸਪਰਟ ਹੋਣੇ ਚਾਹੀਦੇ ਨੇ। ਪਹਿਲਾਂ ਤਾਂ ਆਪਾਂ ਇਹ ਪਤਾ ਕਰੀਏ ਕਿ ਇਹ ਪੀ ਸਾਇਨਾਥ ਕੌਣ ਨੇ। ਸੋ ਸਾਡਾ ਇਹੀ ਦੱਸਣ ਦਾ ਮਕਸਦ ਹੈ ਕਿ ਤੁਹਾਨੂੰ ਥੋੜਾ ਪੀ ਸਾਇਨਾਥ ਬਾਰੇ ਦੱਸੀਏ। ਦੋਸਤੋ ਇਸ ਟਾਈਮ ਲਗਭਗ 62 ਸਾਲ ਦੀ ਉਮਰ ਦੇ ਪੀ ਸਾਇਨਾਥ ਬੜੇ ਉੱਗੇ ਤੇ ਬੜੇ ਸੀਨੀਅਰ ਪੱਤਰਕਾਰ ਨੇ। ਰੂਰਲ ਇੰਡੀਆ ਦੇ ਵਿੱਚ ਰੂਰਲ ਇਕਨੋਮੀ ਤੇ ਹੋਵੇ ਪਾਵਰਟੀ ਤੇ ਹੋਵੇ ਫੈਮਨ ਯਾਨੀ ਕਿ ਅਕਾਲ ਤੇ ਹੋਵੇ ਜਾਂ ਭੁੱਖਮਰੀ ਤੇ ਹੋਵੇ ਉਹਨਾਂ ਦਾ ਬੜਾ ਹੀ ਕੰਮ ਸਾਰੀ ਦੁਨੀਆ ਦੇ ਵਿੱਚ ਸਲਾਹ ਗਿਆ ਹੈ ਦੋਸਤੋ ਮੈਂ ਥੋੜਾ ਜਿਹਾ ਦੱਸਦਾ ਕਿ ਇਹ ਪੀ ਸੈਨਾਥ ਵੀ ਵੀ ਗਰੀ ਜਿਹੜੇ ਭਾਰਤ ਦੇ ਚੌਥੇ ਪ੍ਰੈਜ਼ੀਡੈਂਟ ਸਨ ਉਹਨਾਂ ਦੇ ਗ੍ਰੈਂਡਸਨ ਨੇ ਉਹਨਾਂ ਦੇ ਪੋਤੇ ਨੇ ਵੀ ਵੀ ਗਰੀ 1969 ਤੋਂ ਲੈ ਕੇ 1974 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਨੇ ਖੁਦ ਜਿਹੜੇ ਪੀ ਸਾਈਨਾਥ ਨੇ ਉਹ ਚੇਨਈ ਦੇ ਵਿੱਚ ਪੈਦਾ ਹੋਏ ਨੇ ਜਿਸ ਨੂੰ ਆਪਾਂ ਪਹਿਲਾਂ ਮਦਰਾਸ ਵੀ ਕਹਿੰਦੇ ਸੀ ਦਾ ਹਿੰਦੂ ਅਖਬਾਰ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਪ੍ਰੈਸਟੀਜੀਅਸ ਅਖਬਾਰ ਆ ਉਹਦਾ ਇੱਕ ਰੂਰਲ ਅਫੇਅਰਸ ਡੈਸਕ ਸੀ ਉਸ ਦੇ ਐਡੀਟਰ ਰਹੇ ਨੇ 2014 ਦੇ ਵਿੱਚ ਇਹਨਾਂ ਨੇ ਉੱਥੋਂ ਰਿਜ਼ਾਈਨ ਕਰ ਦਿੱਤਾ 2007 ਦੇ ਵਿੱਚ ਇਹਨਾਂ ਨੂੰ ਰੈਮਨ ਮੈਕਸਸ ਅਵਾਰਡ ਨਾਲ ਨਵਾਜ਼ਿਆ ਗਿਆ ਲਿਟਰੇਚਰ ਐਂਡ ਕਮਿਊਨੀਕੇਸ਼ਨ ਸਕਿਲਸ ਦਾ ਇਹਨਾਂ ਨੂੰ ਅਵਾਰਡ ਮਿਲਿਆ ਉਸ ਤੋਂ ਬਾਅਦ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਪੱਤਰਕਾਰੀਤਾ ਦੀ ਦੁਨੀਆ ਦੇ ਵਿੱਚ ਇੱਕ ਹੋਰ ਬੜਾ ਪ੍ਰੈਸਟੀਜੀਅਸ ਅਵਾਰਡ ਹੈ ਰਾਮਨਾਥ ਗੋਇਨਕਾ ਅਵਾਰਡ ਸੰਨ 2009 ਦੇ ਵਿੱਚ ਇਹਨਾਂ ਨੂੰ ਉਸ ਅਵਾਰਡ ਨਾਲ ਨਵਾਜ਼ਿਆ ਗਿਆ ਦੋਸਤੋ ਇਸੇ ਤਰ੍ਹਾਂ ਯੂਨੀਵਰਸਿਟੀ ਆਫ ਅਲਬਰਟਾ ਕੈਨੇਡਾ ਦੀ ਇੱਕ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਅਲਬਰਟਾ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਹਾਈਐਸਟ ਆਨਰ ਆ ਉਹ ਹੈ ਡਾਕਟਰੇਟ ਆਫ ਲੈਟਰ ਯਾਨੀ ਕਿ ਡੀਲਿਟ ਦੀ ਡਿਗਰੀ ਨਾਲ ਇਹਨਾਂ ਨੂੰ ਨਮਾਜ਼ਿਆ ਗਿਆ ਸੰ 2011 ਦੇ ਵਿੱਚ ਇਸ ਟਾਈਮ ਇਹ ਰੂਰਲ ਆਰਕਾਈਵਸ ਦਾ ਕੰਮ ਕਰ ਰਹੇ ਨੇ ਔਰ ਇਸ ਟਾਈਮ ਜਿਹੜੀ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਵੀ ਉਸ ਤੇ ਬੜੀ ਪੈਣੀ ਇਹਨਾਂ ਦੀ ਨਜ਼ਰ ਆ ਉਸਤੇ ਨਜ਼ਰ ਰੱਖੀ ਹੋਈ ਹੈ ਔਰ ਕਿਸਾਨਾਂ ਦੀ ਜਿਹੜੀਆਂ ਜਿੰਨੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਬਖੂਬੀ ਸਮਝਦੇ ਨੇ ਦੋਸਤੋ ਜਦੋਂ ਪੀਸਾਈ ਨਾਥ ਨੂੰ ਪਤਾ ਲੱਗਾ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਔਰ ਖਾਸ ਤੌਰ ਤੇ ਚੀਫ ਜਸਟਿਸ ਨੇ ਉਹਨਾਂ ਦਾ ਨਾਮ ਖਾਸ ਤੌਰ ਤੇ ਲਿਆ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਮੀਡੀਆ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਚੀਫ ਜਸਟਿਸ ਆਫ ਇੰਡੀਆ ਔਰ ਸੁਪਰੀਮ ਕੋਰਟ ਨੇ ਮੇਰਾ ਨਾਮ ਲਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕੇਂਦਰ ਸਰਕਾਰ ਮੈਨੂੰ ਅਪਰੋਚ ਕਰਦੀ ਆ ਮੇਰੇ ਨਾਲ ਸੰਪਰਕ ਕਰਦੀ ਆ ਉਹ ਇਸ ਗੱਲ ਤੇ ਜ਼ਰੂਰ ਵਿਚਾਰ ਕਰਨਗੇ ਕਿ ਉਹ ਇਸ ਪੈਨਲ ਦੇ ਵਿੱਚ ਸ਼ਾਮਿਲ ਹੋਣ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਉਹ ਇਸ ਪੈਨਲ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਉਹ ਇਸ ਦੀਆਂ ਸਾਰੀਆਂ ਕੰਡੀਸ਼ਨਸ ਪੈਰਾਮੀਟਰਸ ਕਿੰਨਾ-ਕਿੰਨਾ ਸ਼ਰਤਾਂ ਤੇ ਇਹ ਪੈਨਲ ਬੰਦਾ ਹੈ ਤੇ ਉਹਦਾ ਮੈਂਡੇਟ ਕੀ ਹੋਏਗਾ ਉਸ ਬਾਰੇ ਉਹ ਜ਼ਰੂਰ ਜਾਣਨਾ ਚਾਹਣਗੇ ਕਿਉਂਕਿ ਉਹ ਕਿਸਾਨਾਂ ਦੇ ਜੋ ਮੌਤਾ ਹੋ ਰਹੀਆਂ ਨੇ ਚਾਹੇ ਉਹ ਐਗਰੀਕਲਚਰਲ ਕ੍ਰਾਈਸਿਸ ਕਰਕੇ ਹੋਣ ਜਾਂ ਕਿਸੇ ਵੀ ਕਾਰਨ ਹੋਣ ਉਹ ਉਸ ਦੇ ਭਾਗੀਦਾਰ ਨਹੀਂ ਬੰਨਣਾ ਚਾਹੁੰਦੇ ਆਪਾਂ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੀਸ ਆਈਨਾਥ ਵਰਗੇ ਜਿਹੜੇ ਐਕਸਪੋਰਟਸ ਨੇ ਉਹਨਾਂ ਬਾਰੇ ਸਰਕਾਰ ਕੇਂਦਰ ਸਰਕਾਰ ਉਹਨਾਂ ਨੂੰ ਸ਼ਾਮਿਲ ਕਰਦੀ ਹੈ ਉਸ ਪੈਨਲ ਚ ਜਾਂ ਨਹੀਂ ਦੋਸਤੋ ਇੱਕ ਹੋਰ ਵੀ ਮੈਂ ਤੁਹਾਨੂੰ ਥੋੜਾ ਇਸ ਬਾਰੇ ਦੱਸ ਦਿਆਂ ਕਿ ਜਿਹੜੇ ਇੱਕ ਬੜੇ ਵਰਲਡ ਰੈਨਾਉਂਡ ਇਕਨੋਮਿਸਟ ਨੇ ਅਮਰਿਤ ਹਸੀਨ ਜਿਨ੍ਹਾਂ ਨੂੰ ਖੁਦ 1998 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਔਰ 1999 ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨਿਆ ਗਿਆ ਸੀ ਉਹਨਾਂ ਨੇ ਇੱਕ ਵਾਰੀ ਸਟੇਟਮੈਂਟ ਦਿੱਤੀ ਸੀ ਕਿ ਜਿਹੜੇ ਪੀ.ਐਸ.ਆਈ. 나ਥ ਨੇ ਉਹ ਵਰਲਡ ਦੇ ਸਭ ਤੋਂ ਜ਼ਿਆਦਾ ਐਕਸਪੋਰਟ ਫੈਮਨ ਤੇ ਹੰਗਰ ਯਾਨੀ ਕਿ ਅਕਾਲ ਤੇ ਭੁੱਖਮਰੀ ਤੇ ਦੁਨੀਆ ਦੇ ਸਭ ਤੋਂ ਵੱਡੇ ਐਕਸਪੋਰਟ ਨੇ ਸੋ ਇਸ ਤਰ੍ਹਾਂ ਦੇ ਇਹਨਾਂ ਦਾ ਕੰਮ ਹੈ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਕੀ ਜਿਹੜੀ ਕੇਂਦਰ ਸਰਕਾਰ ਇਹਨਾਂ ਨੂੰ ਸੰਪਰਕ ਕਰਦੀ ਹੈ ਤੇ ਜਿਹੜਾ ਪੈਨਲ ਬਣਨ ਜਾ ਰਿਹਾ ਉਹਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਜਾਂ ਨਹੀਂ ਤੁਸੀਂ ਵੇਖਦੇ ਰਹੋ ਦੇਸ਼ ਪ੍ਰਦੇਸ਼ ਟੀਵੀ